ਅੱਜ ਜੁਗ ਜੁਗ ਰੱਖਦਾ ਜੀ ਆਪਣੇ ਆਪ ਭਗਤਾਂ ਦੀ ਪੈਜ, ਜੁਗ ਜੁਗ ਰੱਖਦਾ ਜੀ ਆਪਣੇ ਆਪ ਭਗਤਾਂ ਦੀ, ਆਪਣੇ ਆਪ ਭਗਤਾਂ ਦੀ, ਆਪਣੇ ਆਪ ਭਗਤਾਂ ਦੀ, ਆਪਣੇ ਸਤਿਕਾਰਯੋਗ ਗੁਰੂ ਸਾਹਿਬਾਂ ਦੇ ਚਰਨਾਂ ਵਿੱਚ ਹਾਜ਼ਰੀ ਭਰ ਰਹੀ ਸਤ ਸੰਗਤ ਜੀ, ਬੜੇ ਭਾਗਾਂ ਵਾਲਿਓਂ ਹਜ਼ੂਰ ਸਾਹਿਬ ਦੇ ਦਰਸ਼ਨ ਕਰਕੇ ਭਗਤ ਨਾਮਦੇਵ ਜੀ ਦੇ ਜਨਮ ਸਥਾਨ ਦੇ ਦਰਸ਼ਨ ਕਰ ਰਹੇ ਹੋ। 26 ਅਕਤੂਬਰ 1270 ਈਸਵੀ ਨੂੰ ਪਿਤਾ ਦਾਮ ਸ਼ੇਠ ਅਤੇ ਮਾਤਾ ਗੋਣਾਬਾਈ ਦੀ ਕੁੱਖ ਤੋਂ ਭਗਤ ਨਾਮਦੇਵ ਜੀ ਦਾ ਜਨਮ ਹੋਇਆ। 4 ਲੜਕੇ ਅਤੇ 1 ਲੜਕੀ ਇੱਥੇ 32 ਸਾਲ ਰਹੇ। ਇੱਥੋਂ ਪਰਿਵਾਰ ਨੂੰ ਲੈ ਕੇ ਪੰਡਰਪੁਰ ਚਲੇ ਗਏ ਭਗਤ ਨਾਮਦੇਵ ਜੀ। 30 ਸਾਲ ਉੱਥੇ ਰਹੇ। ਨਾਮ ਜਪਣਾ, ਉਹਦੀ ਅਰਦਾਸ ਦੇ ਵਿੱਚ ਰਹਿਣਾ ਹਰ ਟਾਈਮ। ਚੰਦਰ ਭਾਗਾ ਨਦੀ ਬੇੜੇ 'ਤੇ ਬੈਠ ਕੇ ਪਾਰ ਹੋਣਾ, ਤਪ ਕਰਨਾ, ਭਗਤੀ ਕਰਨੀ ਅਤੇ ਬੇੜੇ 'ਤੇ ਬੈਠਣਾ, ਆ ਜਾਣਾ ਵਾਪਸ। ਅਤੇ ਪੰਡਿਤ ਲੋਕ ਜਿਨ੍ਹਾਂ ਦੀ ਪੂਜਾ ਹੁੰਦੀ ਸੀ, ਅੱਜ ਸੱਚੇ ਭਗਤ ਦੀ ਪੂਜਾ ਹੋਣ ਲੱਗ ਗਈ। ਇਹ ਈਰਖਾ ਕਰਨ ਲੱਗੇ ਵੀ ਭਗਤ ਨਾਮਦੇਵ ਜੀ ਨੂੰ ਦੁਨੀਆ ਮੱਥੇ ਟੇਕਦੀ ਹੈ, ਸਾਨੂੰ ਨਹੀਂ ਟੇਕਦੀ। ਇਹਨਾਂ ਨੇ ਬੇੜੇ ਦੇ ਮਲਾਹ ਦੇ ਨਾਲ ਗੜਥਪ ਕੀਤੀ ਵੀ ਤੈਨੂੰ ਇਨਾਮ ਦੇਵਾਂਗੇ ਕਿਸੇ ਤਰੀਕੇ, ਭਗਤ ਨਾਮਦੇਵ ਜੀ ਨੂੰ ਇਸ ਨਦੀ ਦੇ ਵਿੱਚ ਡੋਬ ਦੇ। ਹੁਣ ਅੱਜ ਭਗਤ ਨਾਮਦੇਵ ਜੀ ਪਾਰ ਭਗਤੀ ਕਰਕੇ ਤਪ ਕਰਕੇ ਆਏ ਰਹੇ ਨੇ, ਬੈਠੇ ਨੇ ਬੇੜੇ ਦੇ ਵਿੱਚ। ਅਤੇ ਚੰਦਰ ਭਾਗਾ ਨਦੀ ਛੱਲਾ ਮਾਰ ਰਹੀ ਹੈ, ਹੜ੍ਹ ਆਇਆ ਹੋਇਆ। ਭਗਤ ਨਾਮਦੇਵ ਜੀ ਜਦੋਂ ਬੇੜੀ ਦੇ ਵਿੱਚ ਬੈਠੇ, ਉਹਦੇ ਨਾਲ ਜੁੜੇ ਹੋਏ, ਜੋ ਰਾਮ ਦਾ ਭਗਤ ਹੈ ਉਹ ਹਰ ਟਾਈਮ ਜੁੜਿਆ ਰਹਿੰਦਾ ਹੈ। ਵਿਚਾਲੇ ਨਦੀ ਆਈ ਅਤੇ ਪੰਡਿਤਾਂ ਦੀ ਲਾਲਚ ਨੂੰ ਦੇਖ ਕੇ ਮਲਾਹ ਕਹਿਣ ਲੱਗਾ, ਭਗਤ ਜੀ ਬੇੜਾ ਡੁੱਬਣ ਲੱਗਿਆ, ਆਖਿਰਕਾਰ ਗੱਲ ਕੀ ਹੋਈ, ਛੱਲਾਂ ਦੇ ਵਿੱਚ ਬੇੜਾ ਇੱਧਰ ਉੱਧਰ ਹੁੰਦਾ ਹੋਇਆ ਬੇੜਾ ਡੁੱਬ ਗਿਆ ਅਤੇ ਨਾਲ ਮਲਾਹ ਨੂੰ ਵੀ ਨਹੀਂ ਛੱਡਿਆ, ਮਲਾਹ ਵੀ ਲੈ ਲਿਆ। ਭਗਤ ਨਾਮਦੇਵ ਜੀ ਉਹਦੀ ਬੰਦਗੀ ਦੇ ਵਿੱਚ ਆ ਰਹੇ ਨੇ, ਨਾਲੇ ਪਾਣੀ ਦੇ ਵਿੱਚ ਆ ਰਹੇ ਨੇ, ਨਾਲੇ ਕਹਿੰਦੇ ਨੇ ਮੈਂ ਅਜਾਨ ਜਨ ਤਰਬੋ ਨਾ ਜਾਣੋ ਰੇ ਬਾਪ ਬੀਠਲਾ ਬਹਾਂ ਦੇ। ਆਪ ਕਹਿ ਵੀ ਲਈਏ ਸਾਰੇ, ਨਦੀ ਦੇ ਕਿਨਾਰੇ ਲੱਗ ਗਏ ਨੇ। ਜੈ ਜੈਕਾਰ ਹੋਈ, ਜੈ ਜੈਕਾਰ ਹੁੰਦੀ ਰਹੇਗੀ। ਸਾਰੀਆਂ ਸੰਗਤਾਂ ਦਰਸ਼ਨ ਕਰਦੀਆਂ ਨੇ, ਭਾਗਾਂ ਵਾਲੇ ਫਿਰ ਵੀ ਆਉਣਾ, ਸਫਲ ਚੈਨਲ ਵਾਲੇ ਭਾਈ ਦਰਸ਼ਨ ਸਿੰਘ ਜੀ, ਇਹ ਹਜ਼ੂਰ ਸਾਹਿਬ ਦੇ ਦਰਸ਼ਨ ਕਰਕੇ ਭਗਤ ਨਾਮਦੇਵ ਜੀ ਦੇ ਉਹ ਜਨਮ ਸਥਾਨ ਦੇ ਦਰਸ਼ਨ ਕਰਦੇ ਨੇ। ਨਾਲ ਇਹ ਜੋ ਸਾਰਾ ਦ੍ਰਿਸ਼, ਇਹ ਜੋ ਭਗਤ ਨਾਮ ਜੀ ਦਾ ਇਤਿਹਾਸ ਚੈਨਲ ਰਾਹੀਂ ਆਲ ਵਰਲਡ ਦੇ ਵਿੱਚ ਸੇਵਾ ਕਰਦੇ ਨੇ, ਇਹਨਾਂ ਦੀ ਵੀ ਸੇਵਾ ਸਤਿਗੁਰੂ ਪ੍ਰਵਾਨ ਕਰੇ। ਦਾਸ ਪਿਆਰਾ ਸਿੰਘ ਮਾਛੀਵਾੜੇ ਵਾਲੇ ਕਾਫੀ ਲੰਮੇ ਤਰ੍ਹਾਂ ਤੋਂ ਸੇਵਾ ਕਰ ਰਹੇ ਨੇ। ਸਤਿਗੁਰੂ ਸੇਵਾ ਲੈਂਦਾ ਰਹੇ, ਅਸੀਂ ਸੇਵਾ ਕਰਦੇ ਰਹੀਏ ਜੀ। ਆਇਆਂ ਧੰਨਵਾਦ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।